相手で組んでられる。Thank you.
Islam ki hai dosti.
Thank you.
Hare Krishna, Hare Krishna, Krishna Krishna,
तुम ही होत सहाय।
सब कुछ तुम्हारे हाथ में, तुम ही हो सहारे। Thank you.
Oh, my God.
ਪੰਜਾਬ ਬੜਾ ਪ੍ਰਸ਼ਾਦੀ ਦੇਸ਼ ਜਾ ਕੇ ਆਦਤ ਕੀਤੀ ਹੈ ਜੋ ਤੋ ਤੋ ਪਾ
और उसे ही हित का सबका अपने भाव में रखे चाहे पार्टी आर्मी के अंदर चले गए उसके बतौर कैप्टन सरावन कर जाए और खेतीबाड़ी के धंधे में तरीके बनाया कि सारे परिवार को अच पूरी बुलंदियों से बचाने के लिए मैं समझना कि जितने सरदार चैन सिंह होना का सरदार बशीर सिंह और सरदार प्रताप सिंह का एक बहुत बड़ा रोल है उसके सरकार में साड़ी माता माता करण कौर की एक बहुत बड़ी देन इस परिवार को है कि जो मैं अखबार के सवेरे उनके जीवन बारे पढ़िया जिसे आप सारे को तो जानता एक बहुत बड़ा मैं समझना कि एक होता है कि ऐसी माता साढ़े को जानदियां ने उसमें जीवन के झाक मारने का मित्र इसका की खुशी बहुत हो कि खुश नसीब सन माता जी जिहड़े एक बड़े परिवार के विचों आ रहे और अभी एक बड़े परिवार को लंबिया के पचा के संसार के उपर गए जो मैं समझा कि मैंने जी रूह है उनकी आत्मा है वो जरूर खुश होगी कि मैं अपने परिवार को लंबिया के बचाने की कोई बाकी नहीं छी सरकार और माता जी बहुत ही साफ के त्याग की मूर्त सामने संत सुभाव वाले सन जिन्हें हमेशा के गुरु घर के नाल अंत के श्वासों तक भी बुलाई और मनुख जीवन जो के गए हैं माता जी का जन्म 16 अगस्त 1948 में बाबी दरिया के खड़े रहते पंजाब की घोड़ी पत्ती पाई के पिंड के जिला लाहौर पाकिस्तान के सरदार दरबार दरबारा सिंह संधु के घर माता हनुमान कौर जी पिछों होया पिता सरदार दरबारा सिंह संधु अनेक फौज के कलन्ने कलन्ने बहादुर ਆਫਿਸਰ ਸਨ ਜਿਨ੍ਹਾਂ ਨੂੰ ਬ੍ਰਿਟਿਸ਼ ਸਰਕਾਰ ਨੇ ਦੂਜੀ ਸੰਸਾਰ ਜੰਗ ਤੋਂ ਸ਼ਾਨਦਾਰ ਸਲਾਮਾਂ ਭਾਉਣ ਬਦਲੇ ਅਤੇ ਬਹਾਦਰੀ ਦਿਖਾਉਣ ਬਦਲੇ ਅਨਾਦਪੁਰ ਚੌਂਕਰ ਨੇ ਬਹਾਦਰੀ ਮੈਡਲ ਅਤੇ ਜ਼ਿਲ੍ਹਾ ਮਿੱਟ ਗੋਲੀ ਦੇ ਚੱਕ ਤਹਿਸੀਲ ਪਟਾਲਾ ਤੋਂ ਜ਼ਮੀਨ ਦਾ ਇੱਕ ਮੁਰੱਬਾ ਦੇ ਕੇ ਨਾਪਿਆ ਮਾਤਾ ਜਵਾਨ ਕੌਰ ਛੋਟੀ ਉਮਰ ਦੇ ਮਹਿਜ 1 ਸਾਲ ਦੀ ਉਮਰ ਦੇ ਸਨ ਜਦੋਂ 1947 ਦਾ ਦੇਸ਼ ਦੀ ਵੰਡ ਦੌਰਾਨ ਪਰਿਵਾਰ ਨਾਲ ਪਾਕਿਸਤਾਨ ਤੋਂ ਮਹਿਲਾ ਪਿੰਡ ਗਹਿਰੀ ਵਾਲਾ ਜ਼ਿਲ੍ਹਾ ਮੋਗਾ ਆਉਣਾ ਪਿਆ ਪਰਿਵਾਰ ਦੇ ਬਹੁਤ ਹੀ ਨਿੱਜੀ ਰਿਸ਼ਤੇਦਾਰ ਸਰਦਾਰ ਹਰਜਤ ਸਿੰਘ ਜੀ ਭੁੱਲਰ ਜੋ SSP ਗੁਰਦਾਸਪੁਰ ਸਨ ਉਹ ਆਈ ਸੰਗਤ ਦਾ ਧੰਨਵਾਦ ਕਰਨਗੇ ਮੇਰਾ ਕਹਿਣ ਤੋਂ ਭਾਵ ਤਾਂ ਇਹ ਕਈ ਵਾਰ ਤੁਸੀਂ ਉੱਠਣ ਲਈ ਕਾਹਲੇ ਪੈ ਜਾਂਦੇ ਹੋ ਉੱਠਣ ਦੀ ਕਾਹਲੇ ਨਹੀਂ ਕਰਨੀ ਕਈ ਵਾਰ ਸਾਰੇ ਲੀਡਰਸ਼ਿਪ ਦੇ ਅਫਸਰ ਸਾਹਿਬ ਦੇ ਦੋ ਦੋ ਸ਼ਬਦਾਂ ਦੁਆਰਾ ਸਾਰਿਆਂ ਦੀ ਹਾਜ਼ਰੀ ਦਿਲਾ ਕੇ ਇੱਕੋ ਹੀ ਬੁਲਾਰਾ ਤੁਹਾਡੇ ਜ਼ਰੂਰ ਪੇਸ਼ ਪੈ ਜਾਣਗੇ ਉਹ ਕਿਸੇ ਗੱਲ ਦਾ ਗਿਲਾ ਨਾ ਕਰਨ ਕਿ ਸਾਨੂੰ ਨਾਮ ਨਹੀਂ ਬੋਲਦੇ ਨਾਮ ਲਿਖੇ ਨਹੀਂ ਗਏ ਉਹਨਾਂ ਦੇ ਲਿਖਣ ਦੀ ਬੜੀ ਕੋਸ਼ਿਸ਼ ਕੀਤੀ ਕਿ ਤਾਰੇ ਸੀਨੇ ਰਾਤੋਂ ਦਾ ਨਾਮ ਲਿਖ ਕੇ ਜਾ ਸਕਣ ਇਹ ਜਿਹੜਾ ਪਰਿਵਾਰ ਹੈ ਜਿੱਥੇ ਪਰਿਵਾਰ ਆਪਣਾ ਨਾਮ ਮੈਂ ਪਹਿਲਾਂ ਵੀ ਟਵੀਟ ਕੀਤਾ ਕਿ ਦੂਰ ਦਰੇਡੇ ਤੱਕ ਕਿਸੇ ਜਾਣ ਪਹਿਚਾਣ ਦਾ ਮਕਾਬ ਨਹੀਂ ਉੱਥੇ ਇਸ ਪਰਿਵਾਰ ਵਿੱਚ ਬਹੁਤ ਵੱਡਾ ਮਾਣ ਕਿ ਸਰਦਾਰ ਮਹਿਤ ਸਿੰਘ ਜੀ ਭੁੱਲਰ IPS ਸਾਬਕਾ DGP ਪੰਜਾਬ ਇਸ ਪਰਿਵਾਰ ਦੇ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਉਹਨਾਂ ਦਾ ਆਉਣਾ ਸਾਡੇ ਲਈ ਮਾਣ ਵਾਲੀ ਗੱਲ ਹੈ ਸਰਦਾਰ ਅਰਮਜੀਤ ਸਿੰਘ ਜੀ ਗਿੱਲ ਰਿਟਾਇਰਡ IG ਉਹ ਸਾਡੇ ਵਿੱਚ ਹਾਜ਼ਰ ਰਹਿੰਦੇ ਨੇ ਸਰਦਾਰ ਕਪਤੀ ਸਿੰਘ ਜੀ ਗਿੱਲ IPS ਉਹ ਵੀ ਸਾਡੇ ਵਿੱਚ ਹਾਜ਼ਰ ਰਹਿੰਦੇ ਨੇ ਸਰਦਾਰ ਪਰਮਜੀਤ ਸਿੰਘ ਜੀ ਰਾਣਾ ਜੁਆਇੰਟ ਡਾਇਰੈਕਟਰ ਵਿਜੀਲੈਂਸ ਉਹ ਵੀ ਸਾਡੇ ਵਿੱਚ ਹਾਜ਼ਰ ਰਹਿੰਦੇ ਨੇ ਸਰਦਾਰ ਰਣਜੀਤ ਸਿੰਘ ਜੀ ਬਰਾੜ SP ਸਾਹਿਬ SDF ਉਹ ਵੀ ਸਾਡੇ ਵਿੱਚ ਹਾਜ਼ਰ ਨੇ SSP ਭੁਪਿੰਦਰ ਜੀ ਸਿੰਘ ਖੱਟਾ ਉਹ ਵੀ ਸਾਡੇ ਵਿੱਚ ਹਾਜ਼ਰ ਰਹਿੰਦੇ ਨੇ DFP ਸਰਦਾਰ ਜਸਵੰਤ ਸਿੰਘ ਜੀ ਬਾਂਗਰ ਇੰਸਪੈਕਟਰ ਸਰਦਾਰ ਸੁਖਿੰਦਰ ਸਿੰਘ ਜੀ ਸੀਗੇ ਜੀ ਲਾਭਾ ਇੰਸਪੈਕਟਰ ਸਰਦਾਰ ਕਵੰਤ ਸਿੰਘ ਜੀ ਇਸੇ ਤਰ੍ਹਾਂ ਇੰਸਪੈਕਟਰ ਸਰਦਾਰ ਪ੍ਰਦੀਪ ਸਿੰਘ ਸੇਖੋਂ ਵਿਸ਼ਵਜੀਤ ਸਿੰਘ ਜੀ ਭੰਗੂ ATC ਸਾਹਿਬ SP ਸਰਦਾਰ ਗੁਰਜੀਤ ਸਿੰਘ ਜੀ ਰਾਣਾ
ਐਸਪੀ ਸਾਹਿਬ ਜਿੰਦਰ ਸਿੰਘ ਜਾਫਰੀ, ਸਰਦਾਰ ਗੁਰਜਿੰਦਰ ਸਿੰਘ ਕੌਲਰ, ਡਿਪਟੀ ਡਾਇਰੈਕਟਰ PPS ਬਲਾਕ, ਉਹ ਵੀ ਸਾਡੇ ਇਤਿਹਾਸ ਵਿੱਚ ਮੇਰੇ ਪਰਿਵਾਰ ਤੋਂ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਨੇ, ਸਰਦਾਰ ਸਰਬਜੀਤ ਸਿੰਘ ਢੇਰ, APC ਸਾਹਿਬ ਫਤਿਹਗੜ੍ਹ ਸਾਹਿਬ, ਸਰਦਾਰ ਕਵੀਰ ਸਿੰਘ ਭੰਗਰ, ਜਿਹੜੇ ਕਿ ਜਾਣ ਪਹਿਚਾਣ ਦੇ ਮੁਤਾਬ ਨਹੀਂ ਹਨ, ਸਰਦਾਰ ਰਣਜੀਤ ਸਿੰਘ ਜੀ, ਔਰ PSP ਸਰਦਾਰ ਤਜਿੰਦਰ ਸਿੰਘ ਢੇਰੀ ਧਾਲੀਵਾਲ, ਸਰਦਾਰ ਕਮਲਜੀਤ ਸਿੰਘ ਜੀ, DSP ਸਰਦਾਰ ਅਜੇਪਾਲ ਸਿੰਘ, DSP ਸਰਦਾਰ ਸ਼੍ਰੀ ਰਜੇਸ਼ਰ ਜੀ, ਉਹ ਵੀ ਸਾਡੇ ਇਤਿਹਾਸ ਨੇ, ਵਿਸ਼ੇਸ਼ ਚਿੱਤਰਕਾਰ ਫਿਲਮ ਕਲਾਕਾਰ ਉਹ ਵੀ ਸਾਡੇ ਇਤਿਹਾਸ ਨੇ, ਸਰਦਾਰ ਵੀਰਿੰਦਰ ਸਿੰਘ ਜੀ ਡਿਪਟੀ ਸਪੀਕਰ, ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਜਿਹਨਾਂ ਨੂੰ ਮੈਂ ਤੁਹਾਡੇ ਸਨਮੁਖ ਕਰਨਾ, ਉਹ ਵੀ ਸਾਡੇ ਸ਼ਹੀਦ ਲੈ ਕੇ ਆਏ ਨੇ, ਬੀਬੀ ਪ੍ਰਦੀਪ ਕੌਰ ਜੀ ਟੌੜਾ, ਮੈਂਬਰ ਸ਼੍ਰੋਮਣੀ ਕਮੇਟੀ ਤੋਂ ਟੌੜਾ ਸਾਹਿਬ ਦੇ ਸਪੁੱਤਰੀ ਹਨ, ਉਹ ਆਪਣੇ ਨਾਮ ਦੀ ਸਥਾਨੀ ਕਰਕੇ ਗਏ, ਸਰਦਾਰ ਕੁਲਵੀਰ ਸਿੰਘ ਜੀ ਭੱਟੀ ਕੰਨਾ ਆਪ ਆਗੂ, ਉਹ ਵੀ ਨਾਮ ਦੀ ਸਥਾਨੀ ਕਰਕੇ ਗਏ, ਸਰਦਾਰ ਅਮਰਜੀਤ ਸਿੰਘ ਲੋਟੇ MLA ਕਰਤਾਰ ਕੁਮਾਰ, ਸਰਦਾਰ ਮਹਿੰਦਰਜੀਤ ਸਿੰਘ ਜੀ ਜ਼ਖੀਰਾ, MLA ਕੁਲਵੀਰ ਸਿੰਘ ਦੇ ਚਾਚਾ ਜੀ ਸਾਡੇ ਵਿੱਚ ਹਾਜ਼ਰ ਨੇ, ਰਾਜਾ ਜੀ ਕੰਨਾ ਉਹ ਵੀ ਸਾਡੇ ਵਿੱਚ ਹਾਜ਼ਰ ਨੇ, ਸਰਦਾਰ ਸੁਖਬੀਰ ਸਿੰਘ ਜੀ ਮਾਵੀ, DFSO ਉਹ ਵੀ ਸਾਡੇ ਵਿੱਚ ਹਾਜ਼ਰ ਬੈਠੇ ਨੇ, ਸਰਦਾਰ ਮਨਪ੍ਰੀਤ ਸਿੰਘ ਜੀ ਲਾਪਕਾ, ਵੀਰ ਪ੍ਰਤਾਪ ਸ਼੍ਰੋਮਣੀ ਅਕਾਲੀ ਦਲ, ਸਰਦਾਰ ਸੁਖਵਿੰਦਰ ਸਿੰਘ ਜੀ ਟੌੜਾ ਜੋ ਇਸ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਮੈਂਬਰ ਨੇ, ਉਹ ਵੀ ਸਾਡੇ ਵਿੱਚ ਹਾਜ਼ਰ ਨੇ, ਸ਼੍ਰੀ ਵਿਵੇਕ ਕੁਮਾਰ ਜੀ ਸਿੰਗਲਾ ਸਾਬਕਾ MLA ਨਾਭਾ, ਸਰਦਾਰ ਵਿਕਰਮਜੀਤ ਸਿੰਘ ਜੀ ITO ਇਨਕਮ ਟੈਕਸ, ਸਰਦਾਰ ਸੁਖਵਿੰਦਰ ਸਿੰਘ ਜੀ ਵਾਣਾ BDO ਨਾਭਾ, ਸਰਦਾਰ ਗੁਰਵਿੰਦਰ ਸਿੰਘ ਜੀ ਜਾਤੀਵਾਲ ਐਕਸ DM, ਉਹ ਵੀ ਸਾਡੇ ਵਿੱਚ ਹਾਜ਼ਰ ਬੈਠੇ, ਸਰਦਾਰ ਕਰਮਜੀਤ ਸਿੰਘ ਵਾਣਾ ਪਟਿਆਲਾ ਦੇ ਹਾਥੀ ਆਪ ਆਗੂ ਜੋ ਹਲਕਾ ਚਾਰਜ ਨੇ, ਉਹ ਵੀ ਸਾਡੇ ਵਿੱਚ ਹਾਜ਼ਰ ਨੇ, ਸਰਜਾਨ ਸਿੰਘ ਵੱਲੋਂ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਬਾਲ ਐਸੋਸੀਏਸ਼ਨ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਸਮੋਕਸ਼ ਦੇਸ਼ ਲੈ ਕੇ ਆਏ ਨੇ, ਉਹਨਾਂ ਦਾ ਵੀ ਧੰਨਵਾਦ, ਸਰਦਾਰ ਗੁਰਕੀਰਤ ਸਿੰਘ ਜੀ ਗੁਰੂ ਐਕਸਲ ਸਾਹਿਬ, ਸਰਦਾਰ ਪ੍ਰਵੀਰ ਸਿੰਘ ਜੀ ਵੀਰ ਸਾਬਕਾ ਕੈਬਨਿਟ ਮੰਤਰੀ ਪੰਜਾਬ ਜੋ ਪਰਿਵਾਰ 'ਚ ਬਹੁਤ ਹੀ ਨਜ਼ਦੀਕੀ ਨੇ, ਉਹ ਵੀ ਸਾਡੇ ਵਿੱਚ ਹਾਜ਼ਰ ਬੈਠੇ, ਤਰਜਿੰਦਰ ਸਿੰਘ ਜੀ ਭਾਂਬੜੀ ਜੋ ਬਾਅਦ ਵਿੱਚ ਪਠਾਨੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ, ਉਹ ਵੀ ਸਾਡੇ ਵਿੱਚ ਹਾਜ਼ਰ ਬੈਠੇ ਨੇ, ਸਰਦਾਰ ਗੁਰਪ੍ਰੀਤ ਸਿੰਘ ਜੀ ਰਾਜੀ ਕੁੰਨਾ ਹਲਕਾ ਚਾਰ ਵੱਲੋਂ, ਸ਼੍ਰੀ ਪ੍ਰਸਾਦ ਸੈਣੀ ਜੀ ਪ੍ਰਧਾਨ ਵਾਈਸ ਸੈਕਟਰ ਫੈਦਰਲ ਐਸੋਸੀਏਸ਼ਨ ਆਫ ਇੰਡੀਆ ਜੋ ਸਰਦਾਰ ਰੂਪਾ ਸਿੰਘ ਦੇ ਮਿੱਤਰ ਵੀ ਹਨ, ਉਹ ਵੀ ਸਾਡੇ ਵਿੱਚ ਹਾਜ਼ਰ ਬੈਠੇ ਨੇ, ਸ਼੍ਰੀ ਅਸ਼ੋਕ ਪਾਂਸਲ ਪ੍ਰਧਾਨ ਫੈਦਰਲ ਐਸੋਸੀਏਸ਼ਨ ਨਾਭਾ ਅਤੇ ਮੈਂਬਰ ਜਨਰਲ ਕੌਂਸਲ ਸ਼੍ਰੋਮਣੀ ਅਕਾਲੀ ਦਲ, ਇੰਸਪੈਕਟਰ ਬਲਿੰਦਰ ਸਿੰਘ ਬਾਲ, ਉਹ ਵੀ ਸਾਡੇ ਵਿੱਚ ਹਾਜ਼ਰ ਬੈਠੇ ਨੇ, ਸਰਦਾਰ ਮਾਨਵਿੰਦਰ ਸਿੰਘ ਰੱਸੀ ਜੋ ਪਰਿਵਾਰ ਦੇ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਨੇ, ਸਰਦਾਰ ਸਵਰਗਵਾਸੀ ਸਰਦਾਰ ਮਨਜੀਤ ਸਿੰਘ ਰੱਸੀ ਦੇ ਬੇਟੇ ਹਨ, ਉਹ ਵੀ ਸਾਡੇ ਵਿੱਚ ਹਾਜ਼ਰ ਨੇ, ਸਰਦਾਰ ਰਵਿੰਦਰਜੀਤ ਸਿੰਘ ਚਾਹਲ ITS ਰਿਟਾਇਰਡ DAP ਸਾਹਿਬ, ਉਹ ਵੀ ਸਾਡੇ ਵਿੱਚ ਹਾਜ਼ਰ ਬੈਠੇ ਨੇ, ਉਹਨਾਂ ਵਿੱਚ ਸਤਿਕਾਰਯੋਗ ਮਾਤਾ ਬੀਬੀ ਕੁਲਵੰਤ ਕੌਰ ਜੀ, ਸ਼ਰੀਕੇ ਹਯਾਤ, ਸ਼ਰੀਕੇ ਜ਼ਿੰਦਗੀ ਸਰਦਾਰ ਸੁਖਚੈਨ ਸਿੰਘ ਸਾਹਿਬ, ਉਹਨਾਂ ਵਾਸਤੇ ਆਪਣੀ ਆਖਰੀ ਜੋਤੜੀ, ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਪਿਆਰ ਅਤੇ ਸਤਿਕਾਰ ਲੈ ਕੇ ਅਦਬ ਨਾਲ ਜੁੜੀ ਗੁਰੂ ਰੂਪ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰਿਆਂ ਨੇ ਮਾਤਾ ਜੀ ਦੀ ਸਮ੍ਰਿਤੀ ਵਿੱਚ ਸਿੱਖ ਪੰਥ ਦੇ ਬੜੇ ਸੁਰੀਲੇ ਰਾਗੀ ਉਹਨਾਂ ਪਾਸੋਂ ਸ਼ਬਦ ਕੀਰਤਨ ਸਰਵਣ ਕੀਤਾ। ਮੈਨੂੰ ਆਗਿਆ ਹੋਈ ਕਿ ਆਪ ਸਾਰੀ ਸੰਗਤ ਦੇ ਨਾਲ ਮਾਤਾ ਜੀ ਦੀ ਅੰਤਮ ਅਰਦਾਸ ਦੇ ਸਮੇਂ ਕੁਝ ਬੋਲ ਤੁਹਾਡੇ ਨਾਲ ਸਾਂਝੇ ਕਰ। ਮੇਰੇ ਲਈ ਇੱਕ ਬੁਲਾਰਾ ਹੋਣ ਦੀ ਹੈਸੀਅਤ ਵਿੱਚ ਸਭ ਤੋਂ ਮੁਸ਼ਕਲ, ਸਭ ਤੋਂ ਕਠਿਨ ਪਰਿਸਥਿਤੀ
ਤੇ ਭਾਵਕ ਸਥਿਤੀ ਉਦੋਂ ਆਉਂਦੀ ਹੈ ਜਦੋਂ ਇੱਕ ਮਾਂ ਬਾਰੇ ਬੋਲਣਾ ਤੇ ਮਾਂ ਵੀ ਉਹ ਜੋ ਇਸ ਸੰਸਾਰ ਨੂੰ ਛੱਡ ਕੇ ਤੁਰ ਗਈ ਹੋ। ਐਸੇ ਜਜ਼ਬਾਤੀ ਔਰ ਗੁਰੂ ਭਰੇ ਮਾਹੌਲ 'ਚ ਕੋਈ ਗੱਲ ਕਰਨੀ ਕੋਈ ਸੌਖੀ ਨਹੀਂ ਹੁੰਦੀ, ਕਿਉਂਕਿ ਮੈਂ ਖੁਦ ਵੀ ਬਹੁਤ ਮਾਂ ਦੇ ਰਿਸ਼ਤੇ ਬਾਰੇ ਬਹੁਤ ਭਾਵੁਕ ਹਾਂ। ਪਰ ਜੋ ਚੀਜ਼ ਅੱਜ ਸਰਦਾਰ ਨਵੇਦ ਸਿੰਘ ਹੋਰਾਂ ਨਾਲ, ਸਰਦਾਰ ਸ਼ੇਰ ਸਿੰਘ ਹੋਰਾਂ ਨਾਲ, ਸਰਦਾਰ ਸੂਬਾ ਸਿੰਘ ਹੋਰਾਂ ਨਾਲ ਔਰ ਉਹਨਾਂ ਦੇ ਭਤੀਜੇ ਉਸ ਪਰਿਵਾਰ ਨਾਲ ਜੋ ਬੀਤੀ ਹੈ, ਉਹ ਦੁੱਖ ਮੈਂ ਲਗਭਗ 1.25 ਸਾਲ ਤੋਂ ਹੁੰਦਾ ਆ ਰਿਹਾ। ਮੇਰੇ ਮਾਤਾ ਜੀ ਪਿਛਲੇ ਵਰ੍ਹੇ ਜਨਵਰੀ ਵਿੱਚ ਗੁਜ਼ਰ ਗਏ ਸਨ ਅਤੇ ਮੈਂ ਉਹਨਾਂ ਅਹਿਸਾਸਾਂ ਦੇ ਵਿੱਚੋਂ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਕਈ ਵਾਰੀ ਬੋਲਦਿਆਂ ਮਾਤਾ ਬਾਰੇ ਭਾਵੁਕ ਹੋ ਜਾਂ, ਗੱਜ ਭਰਿਆ ਹੁੰਦਾ, ਕਈ ਵਾਰੀ ਗੱਲ ਪੂਰੀ ਨਹੀਂ ਹੁੰਦੀ। ਕਈ ਵਾਰੀ ਮੈਨੂੰ ਮਿੱਤਰਾਂ ਨੇ, ਉਹ ਵੀ ਸਾਡੇ ਵਿੱਚ ਹਾਜ਼ਰ ਨੇ, ਸਰਦਾਰ ਜਸਮੀਤ ਸਿੰਘ ਜੀ ਰਾਜਾ ਮੈਂਬਰ BPCC, ਉਹ ਵੀ ਸਾਡੇ ਵਿੱਚ ਹਾਜ਼ਰ ਨੇ, ਜਲੰਧਰ ਤੋਂ ਬਲਾਕ ਪ੍ਰਧਾਨ ਮੰਡੀ ਗੁਰਦੁਆਰਾ ਕਾਂਗਰਸ ਕਮੇਟੀ, ਉਹ ਵੀ ਸਾਡੇ ਵਿੱਚ ਹਾਜ਼ਰ ਨੇ, ਸਰਦਾਰ ਜਗਵੰਤ ਸਿੰਘ ਜੀ ਨਾਨਕ ਜੀ ਸਰਕਸ ਇੰਤਜ਼ਾਰ, ਸ਼੍ਰੀ ਰਮੇਸ਼ ਕੁਮਾਰ ਜੀ ਗੁਪਤਾ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਉਹ ਵੀ ਸਾਡੇ ਵਿੱਚ ਹਾਜ਼ਰ ਨੇ, ਔਰ ਮਹੰਤ ਰਵਿੰਦਰ ਕੌੜਾ ਜੀ, ਸਰਦਾਰ ਪ੍ਰਵਸਤ ਕਪਾਲ ਸਿੰਘ ਗੋਬਰ ਸਾਹਿਬ,